ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਵੀਡੀਓ ਵਿੱਚ ਸਮਝਾਂਗੇ ਕਿ ਜੇਕਰ ਤੁਹਾਡੀ ਨਿਯੁਕਤੀ ਸਿੱਖਿਆ ਵਿਭਾਗ ਦੇ ਵਿੱਚ ਐਜ਼ ਅ ETT ਟੀਚਰ, ਮਾਸਟਰ ਕਾਡਰ ਟੀਚਰ ਜਾਂ ਫਿਰ ਐਜ਼ ਅ ਲੈਕਚਰਾਰ ਹੋ ਜਾਂਦੀ ਹੈ, ਤੁਹਾਨੂੰ ਜਿਹੜਾ ਸਟੇਸ਼ਨ ਮਿਲੇਗਾ, ਸਟੇਸ਼ਨ ਚੋਇਸ ਜਦੋਂ ਕਰਵਾਈ ਜਾਏਗੀ, ਉੱਥੇ ਤੁਹਾਨੂੰ ਘਰ ਦੇ ਨੇੜੇ, ਹੋਮ ਟਾਊਨ ਦੇ ਵਿੱਚ ਨੇੜੇ ਸਟੇਸ਼ਨ ਮਿਲੇਗਾ, ਜਾਂ ਫਿਰ ਤੁਹਾਨੂੰ ਘਰ ਤੋਂ ਦੂਰ ਬਾਰਡਰਾਂ ਦੇ ਉੱਤੇ ਜਾਂ ਫਿਰ ਡਿਸਐਡਵਾਂਟੇਜ ਵਾਲੇ ਏਰੀਆ ਵਿੱਚ ਜਾਣਾ ਪਊਗਾ। ਐਂਡ ਤੁਸੀਂ ਜੇਕਰ ਲੋਕਲ ਸਟੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਿਵੇਂ ਲੈ ਸਕਦੇ ਹੋ, ਐਂਡ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਤੁਹਾਡੀ ਅਪੁਆਇੰਟਮੈਂਟ ਹੋ ਜਾਂਦੀ ਆ, ਤੁਹਾਨੂੰ ਸਟੇਸ਼ਨ ਵੀ ਮਿਲ ਜਾਂਦਾ ਆ, ਅਤੇ ਉਸ ਤੋਂ ਬਾਅਦ ਜਿਹੜੀ ਬਦਲੀ ਹੋਵੇਗੀ ਜੀ ਉਹ ਕਿੰਨੇ ਟਾਈਮ ਬਾਅਦ ਬਦਲੀ ਹੋਵੇਗੀ, ਸਪੈਸ਼ਲ ਬਦਲੀ ਕੀ ਹੁੰਦੀ ਆ, ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਆਪਣੇ ਚੈਨਲ 'ਤੇ ਜਿਹੜੇ ਵੀ ਸਾਥੀ ਜੁੜੇ ਹੋਏ ਆ ਉਹ ਸਾਰੇ ਹੈਗੇ ਆ ਐਸਪੀਰੈਂਟਸ, ਜਿਹੜੇ ਕਿ PSTET ਪੇਪਰ ਦੀ ਤਿਆਰੀ ਕਰ ਰਹੇ ਆ, CTET ਪੇਪਰ ਦੀ ਤਿਆਰੀ ਕਰ ਰਹੇ ਆ, TGT PGT ਐਗਜ਼ਾਮ ਦੀ ਤਿਆਰੀ ਕਰ ਰਹੇ ਆ, ਮਾਸਟਰ ਕਾਡਰ ਲੈਕਚਰਾਰ, ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਜਿੰਨੇ ਵੀ ਸਾਥੀ ਤਿਆਰੀ ਕਰ ਰਹੇ ਆ, ਤੁਹਾਨੂੰ ਸਾਰਿਆਂ ਨੂੰ ਇਹਨਾਂ ਪ੍ਰੋਸੈਸ ਬਾਰੇ ਪਤਾ ਹੋਣਾ ਚਾਹੀਦਾ ਆ, ਅਤੇ ਮੈਨੂੰ ਨਹੀਂ ਲੱਗਦਾ ਇਹਨਾਂ ਗੱਲਾਂ ਨੂੰ ਕੋਈ ਹੋਰ ਸਮਝਾਉਂਦਾ ਵੀ ਹੋਊਗਾ। ਸੋ ਮੈਂ ਤੁਹਾਨੂੰ ਇਹਨਾਂ ਗੱਲਾਂ ਨੂੰ ਦੱਸ ਕੇ ਪਹਿਲਾਂ ਤੋਂ ਹੀ ਟ੍ਰੇਨ ਕਰ ਰਿਹਾ ਇੱਕ ਤਰ੍ਹਾਂ ਦਾ ਕਿ ਤੁਹਾਨੂੰ ਡਿਪਾਰਟਮੈਂਟ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਸਾਰੀਆਂ ਗੱਲਾਂ ਦੀ ਜਾਣਕਾਰੀ ਜਿਹੜੀ ਹੈਗੀ ਆ ਜੀ ਉਹ ਹੋਵੇਗੀ। ਸੋ ਗੱਲ ਕਰ ਲੈਂਦੇ ਹਾਂ ਕਿ ਜਿਹੜੇ ਵੀ ਟੀਚਰ ਪੇਪਰ ਦਿੰਦੇ ਆ, ਪੇਪਰ ਪਾਸ ਕਰ ਲੈਂਦੇ ਆ, ਕੋਈ ਵੀ ਟੀਚਰ ਹੋ ਸਕਦਾ ਆ, ਪ੍ਰਾਇਮਰੀ ਟੀਚਰ ਹੋ ਸਕਦੇ ਆ, ਮਾਸਟਰ ਕਾਡਰ ਟੀਚਰ ਹੋ ਸਕਦੇ ਆ ਜਾਂ ਫਿਰ ਲੈਕਚਰਾਰ ਹੁੰਦੇ ਆ, ਜਦੋਂ ਤੁਸੀਂ ਪ੍ਰੀਖਿਆ ਪਾਸ ਕਰ ਲੈਂਦੇ ਹੋ ਤੁਹਾਡੀ ਸਕਰੂਟਨੀ ਹੁੰਦੀ ਆ, ਡਾਕੂਮੈਂਟ ਜਿਹੜੇ ਹੁੰਦੇ ਨੇ ਜੀ ਉਹ ਤੁਹਾਡੇ ਤੋਂ ਫਾਰਮ ਵਗੈਰਾ ਜੋ ਵੀ ਫਿਲ ਕੀਤਾ ਹੁੰਦਾ ਆ, ਜਦੋਂ ਤੁਸੀਂ ਆਨਲਾਈਨ ਫਾਰਮ ਫਿਲ ਕੀਤਾ ਹੁੰਦਾ ਆ, ਜਿਹੜੀ ਡਿਟੇਲ ਭਰੀ ਹੁੰਦੀ ਆ ਉਹ ਸਾਰੇ ਡਾਕੂਮੈਂਟ ਤੁਹਾਡੇ ਚੈੱਕ ਕੀਤੇ ਜਾਂਦੇ ਆ, ਬੜੇ ਵਧੀਆ ਤਰੀਕੇ ਨਾਲ, ਬਰੀਕੀ ਨਾਲ ਚੈੱਕ ਕੀਤੇ ਜਾਂਦੇ ਆ। ਸੋ ਵੇਖਿਆ ਜਾਂਦਾ ਕਿਤੇ ਜਿਹੜਾ ਪਰਸਨ ਹੈਗਾ ਆ, ਜਿਹੜਾ ਪਰਸਨ ਜੋਬ ਲੈਣ ਆ ਰਿਹਾ, ਕਿਤੇ ਫਰੋਡ ਕਰਕੇ ਤਾਂ ਨਹੀਂ ਆਇਆ, ਜੇਕਰ ਇਹਨੇ PSTET ਦਾ ਸਰਟੀਫਿਕੇਟ ਵਿਖਾਇਆ, ਇਸ PSTET ਦਾ ਜਿਹੜਾ ਸਰਟੀਫਿਕੇਟ ਹੈਗਾ ਜੀ ਕਿ ਇਹਨੇ ਐਕਚੁਅਲ ਵਿੱਚ ਪਾਸ ਕੀਤਾ ਵੀ ਹੈ ਜਾਂ ਨਹੀਂ। ਬਾਅਦ ਵਿੱਚ ਫਿਰ ਵੈਰੀਫਿਕੇਸ਼ਨਾਂ ਹੁੰਦੀਆਂ ਨੇ, ਜਿਵੇਂ ਕਿ ਤੁਸੀਂ 10ਵੀਂ 12ਵੀਂ ਕੀਤੀ ਹੋਈ ਆ ਪੰਜਾਬ ਬੋਰਡ ਤੋਂ, ਸੋ ਮੋਹਾਲੀ ਤੋਂ ਤੁਹਾਡੇ ਡਾਕੂਮੈਂਟਾਂ ਦੀ ਵੈਰੀਫਿਕੇਸ਼ਨ ਹੁੰਦੀ ਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੇਕਰ ਤੁਸੀਂ BEd ਕੀਤੀ ਆ ਜਾਂ ਫਿਰ ਗ੍ਰੈਜੂਏਸ਼ਨ ਕੀਤੀ ਆ ਜਾਂ ਫਿਰ ਚੰਡੀਗੜ੍ਹ ਯੂਨੀਵਰਸਿਟੀ ਤੋਂ ਤੁਸੀਂ ਗ੍ਰੈਜੂਏਸ਼ਨ ਜਾਂ ਫਿਰ BEd ਕੀਤੀ ਹੈ ਤਾਂ ਉਹਨਾਂ ਡਾਕੂਮੈਂਟ ਦੀ ਵੈਰੀਫਿਕੇਸ਼ਨ ਵੀ ਬਾਏ ਪੋਸਟ ਕਰਵਾਈ ਜਾਂਦੀ ਆ ਸਕੂਲ ਦੁਆਰਾ। ਸੋ ਇਕੱਲੀ ਇਕੱਲੀ ਚੀਜ਼ ਚੈੱਕ ਕੀਤੀ ਜਾਂਦੀ ਆ, ਇਹਨਾਂ ਗੱਲਾਂ ਬਾਰੇ ਜੇਕਰ ਤੁਹਾਨੂੰ ਨਹੀਂ ਪਤਾ ਸਕਦਾ ਚਲੋ ਮੈਂ ਦੱਸਦਾ ਆ ਕਿ ਇਹ ਕੁਝ ਹੁੰਦਾ ਆ। ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਸਕਰੂਟਨੀ ਤੋਂ ਬਾਅਦ ਤੁਹਾਡੀ ਇੱਕ ਲਿਸਟ ਆਉਂਦੀ ਆ, ਲਿਸਟ ਵਿੱਚ ਆ ਜਾਂਦਾ ਕਿ ਹਾਂ ਵੀ ਫਲਾਨਾ ਜਿਹੜਾ ਪਰਸਨ ਸੀਗਾ ਇਹ ਸਿਲੈਕਟ ਹੋ ਗਿਆ ਆ, ਅਤੇ ਉਸ ਤੋਂ ਬਾਅਦ ਤੁਹਾਨੂੰ ਆਫਰ ਲੈਟਰ ਵਗੈਰਾ ਦੇ ਦਿੱਤੇ ਜਾਂਦੇ ਆ, ਫਿਰ ਸਟੇਸ਼ਨ ਚੋਇਸ ਲਈ ਵੀ ਤੁਹਾਨੂੰ ਬੁਲਾਇਆ ਜਾਂਦਾ। ਅਤੇ ਸਟੇਸ਼ਨ ਚੋਇਸ ਦੇ ਵਿੱਚ ਕਿਹੜੇ ਕਿਹੜੇ ਸਟੇਸ਼ਨ ਸ਼ੋਅ ਕੀਤੇ ਜਾਂਦੇ ਆ, ਇਹਦੇ ਵਿੱਚ ਮੇਨਲੀ ਅਵੇਲੇਬਿਲਟੀ ਵੇਖੀ ਜਾਂਦੀ ਹੈ ਕਿ ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਸਟੇਸ਼ਨ ਹੈਗੇ ਆ, ਬਟ ਫਿਰ ਵੀ ਤੁਹਾਨੂੰ 3 ਸਾਲ ਦੇ ਲਈ, ਜਦੋਂ ਤੱਕ ਤੁਹਾਡਾ ਪਰਖ ਕਾਲ ਪੂਰਾ ਨਹੀਂ ਹੁੰਦਾ, ਤੁਹਾਨੂੰ ਜਿਹੜੇ ਸਟੇਸ਼ਨ ਹੈਗੇ ਆ ਜੀ ਉਹ ਬਾਰਡਰ ਵਾਲੇ ਏਰੀਆ ਦੇ ਵਿੱਚ ਜ਼ਿਆਦਾ ਵਿਖਾਏ ਜਾਂਦੇ ਆ। ਸੋ ਉੱਥੇ ਸਟੇਸ਼ਨ ਵਿਖਾਏ ਜਾਂਦੇ ਆ ਕਿ ਹੋਮ ਟਾਊਨ ਦੇ ਵਿੱਚ ਜਿਵੇਂ ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਇਸ ਤਰ੍ਹਾਂ ਦੇ ਜਿਹੜੇ ਸਟੇਸ਼ਨ ਹੈਗੇ ਕਿ ਇੱਥੇ ਨਹੀਂ ਵਿਖਾਏ ਜਾਂਦੇ, ਵਿਖਾਏ ਜਾਂਦੇ ਆ ਬਟ ਨਾਮ ਮਾਤਰ ਵਿਖਾਏ ਜਾਂਦੇ ਆ, ਬਹੁਤ ਘੱਟ ਹੁੰਦੇ ਆ, ਇਹਨਾਂ ਸਟੇਸ਼ਨਾਂ ਦੀ ਜਿਹੜੀ ਗਿਣਤੀ ਹੁੰਦੀ ਆ ਜੀ ਬਹੁਤ ਘੱਟ ਹੁੰਦੀ ਆ। ਅਤੇ ਬਾਰਡਰ ਵਾਲੇ ਖੇਤਰਾਂ ਵਿੱਚ ਜਿਹੜੇ ਸਟੇਸ਼ਨ ਕਾਫੀ ਟਾਈਮ ਤੋਂ ਖਾਲੀ ਪਏ ਹੁੰਦੇ ਆ, ਕਿਉਂਕਿ ਉੱਥੇ ਜਿਹੜੇ ਸਰਵ ਕਰਕੇ ਟੀਚਰ ਹੁੰਦੇ ਆ ਉਹ ਆਪਣੇ ਜ਼ਿਲ੍ਹੇ ਵਿੱਚ ਆ ਜਾਂਦੇ ਆ, ਕਿਉਂਕਿ ਉਹ ਜਿਹੜਾ ਮਾਝਾ ਏਰੀਆ ਹੈਗਾ ਆ ਉੱਥੇ ਜਿਹੜੇ ਟੀਚਰਾਂ ਦੀ ਜਿਹੜੀ ਘਾਟ ਹੈਗੀ ਆ ਜੀ, ਅੱਜ ਦੇ ਟਾਈਮ 'ਚ ਤਾਂ ਨਹੀਂ ਬਟ ਪਹਿਲਾਂ ਵਾਲੇ ਟਾਈਮ ਦੇ ਵਿੱਚ ਵੇਖਿਆ ਜਾਂਦਾ ਸੀਗਾ ਕਿ ਉੱਥੇ ਟੀਚਰਾਂ ਦੀ ਜਿਹੜੀ ਘਾਟ ਹੈਗੀ ਆ ਜੀ ਕਾਫੀ ਟਾਈਮ ਤੋਂ ਰਹੀ ਹੈ। ਸੋ ਇਹ ਗੱਲ ਹੈਗੀ ਆ ਕਿ ਤੁਹਾਡੀ ਜਿਹੜੀ ਸਟੇਸ਼ਨ ਚੋਇਸ ਕਰਵਾਈ ਜਾਊਗੀ ਤੁਹਾਨੂੂੰ ਉੱਥੇ ਜ਼ਿਲ੍ਹਿਆਂ ਵਿੱਚ ਹੀ ਸਟੇਸ਼ਨ ਮਿਲਦੇ ਆ, ਬਟ ਮੰਨ ਲੈਂਦੇ ਹਾਂ ਕਿ ਸਰ ਵੀ ਮੈਂ ਤਾਂ ਘਰ ਦੇ ਨੇੜੇ ਹੀ ਸਟੇਸ਼ਨ ਲੈਣਾ ਆ, ਕਿਉਂਕਿ ਲੋਕਲ ਸਟੇਸ਼ਨ ਵੀ 2-4 ਵੇਖਣ ਨੂੰ ਆਪਾਂ ਨੂੰ ਮਿਲ ਜਾਂਦੇ ਆ, ਜੇਕਰ ਆਪਾਂ ਲੋਕਲ ਸਟੇਸ਼ਨ ਲੈਣਾ ਹੋਵੇ ਤਾਂ ਆਪਾਂ ਕਿਵੇਂ ਲੈ ਸਕਦੇ ਹਾਂ, ਇਹਦੇ ਲਈ ਤੁਹਾਨੂੰ ਮੈਰਿਟ ਦੇ ਵਿੱਚ ਚੰਗੇ ਨੰਬਰ ਲੈ ਕੇ ਆਉਣੇ ਪੈਣੇ ਆ ਮੈਰਿਟ ਦੇ ਵਿੱਚ। ਜਿਹੜਾ ਤੁਹਾਡਾ ਐਗਜ਼ਾਮ ਹੋਇਆ, ਕਿਹੜੇ ਐਗਜ਼ਾਮ ਦੀ ਮੈਂ ਗੱਲ ਕਰ ਰਿਹਾ, ਮਾਸਟਰ ਕਾਡਰ, ETT ਜਾਂ ਫਿਰ ਲੈਕਚਰਾਰ ਦਾ ਜੇਕਰ ਐਗਜ਼ਾਮ ਹੋ ਰਿਹਾ ਤਾਂ ਉਹਦੇ ਵਿੱਚ ਮੈਰਿਟ ਦੇ ਵਿੱਚ ਤੁਹਾਨੂੰ ਜ਼ਿਆਦਾ ਨੰਬਰ ਲੈ ਕੇ ਆਉਣੇ ਪੈਣੇ ਆ, ਮੈਰਿਟ ਦੇ ਆਧਾਰ 'ਤੇ ਹੀ ਤੁਹਾਨੂੰ ਉੱਥੇ ਸਟੇਸ਼ਨ ਚੋਇਸ ਲਈ ਬੁਲਾਇਆ ਜਾਂਦਾ। ਸੋ ਉਸ ਅਕੋਰਡਿੰਗ ਹੀ ਤੁਹਾਨੂੰ ਜਿਹੜਾ ਲੋਕਲ ਸਟੇਸ਼ਨ ਹੈਗਾ ਆ ਜਾਂ ਫਿਰ ਦੂਰ ਵਾਲਾ ਸਟੇਸ਼ਨ ਹੈਗਾ ਜੀ ਉਹ ਮਿਲਦੇ ਹੁੰਦੇ ਆ। ਜੇਕਰ ਮੰਨ ਲਓ ਤੁਸੀਂ ਟੈਸਟ ਦੇ ਵਿੱਚ ਤੁਹਾਡਾ ਨੰਬਰ ਲੱਗਿਆ, ਤੁਸੀਂ ਵਧੀਆ ਇੰਨਾ ਨਹੀਂ ਪੇਪਰ ਕੀਤਾ ਸੀ, ਬਟ ਚਲੋ ਫਿਰ ਵੀ ਤੁਸੀਂ ਸੀਟ ਲੈ ਲਈ ਹੈ, ਉਦੋਂ ਤਾਂ ਚਲੋ ਇੱਕ ਸੀਟ ਲੈਣ ਦੀ ਵੀ ਬਹੁਤ ਖੁਸ਼ੀ ਹੁੰਦੀ ਹੈ, ਬਟ ਜਦੋਂ ਤੁਸੀਂ ਸੀਟ ਲੈ ਲੈਂਦੇ ਹੋ ਫਿਰ ਜਿਵੇਂ ਜਿਵੇਂ ਕੈਂਡੀਡੇਟ ਦੇ ਜਿਹੜੇ ਸਟੇਸ਼ਨ ਹੈਗੇ ਆ ਉਹ ਚੋਇਸ ਕਰਵਾਈ ਜਾਂਦੀ ਆ, ਉਹ ਜਿਹੜੇ ਲਾਸਟ ਵਾਲੇ ਸਟੇਸ਼ਨ ਰਹਿ ਜਾਂਦੇ ਆ ਜੀ ਉਹ ਤੁਹਾਨੂੰ ਮਿਲਦੇ ਹੁੰਦੇ ਆ। ਸੋ ਇੱਕ ਮੋਟੀਵੇਸ਼ਨ ਤੁਸੀਂ ਇੱਥੇ ਲੈ ਲਿਓ, ਇੱਥੋਂ ਲੈ ਲਿਓ ਕਿ ਜੇਕਰ ਮੈਂ ਆਪਦੇ ਘਰ ਦੇ ਨੇੜੇ ਸਕੂਲ ਲੈਣਾ ਆ ਤਾਂ ਉਹਦੇ ਲਈ ਮੈਨੂੰ ਬਹੁਤ ਚੰਗੇ ਜਿਹੜੇ ਨੰਬਰ ਹੈਗੇ ਆ ਜੀ ਉਹ ਲੈਣੇ ਪੈਣੇ ਆ। ਜਿਵੇਂ ਮੇਰੇ ਇੱਕ ਦੀਦੀ ਹੁੰਦੇ ਸੀ, ਮੈਂ ਅਕਸਰ ਉਹਨਾਂ ਦੀ ਗੱਲ ਕਰਦਾ ਹੀ ਹੁੰਦਾ
ਕਿ ਉਹਨਾਂ ਨੇ ਮਾਸਟਰ ਕਾਡਰ ਅੰਗਰੇਜ਼ੀ ਦਾ ਪੇਪਰ ਬੜੇ ਹੀ ਵਧੀਆ ਨੰਬਰਾਂ ਨਾਲ ਕਲੀਅਰ ਕੀਤਾ ਸੀਗਾ। ਸ਼ਾਇਦ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਦੂਸਰਾ ਜਾਂ ਤੀਸਰਾ ਰੈਂਕ ਸੀਗਾ ਅਤੇ ਉਹਨਾਂ ਦਾ ਜਿਹੜਾ ਜ਼ਿਲ੍ਹਾ ਸੀਗਾ ਉਹਨਾਂ ਨੂੰ ਆਪਦੀ ਗਲੀ ਦੇ ਵਿੱਚ ਹੀ ਜਿਹੜਾ ਸਕੂਲ ਹੈਗਾ ਆ ਅਵੇਲੇਬਿਲਟੀ ਵੀ ਸੀਗੀ ਉਹਨਾਂ ਦੇ ਗਲੀ ਵਿੱਚ ਇੱਕ ਸਕੂਲ ਹੈਗਾ ਸੀ 100-200 ਮੀਟਰ ਦੀ ਦੂਰੀ 'ਤੇ ਤੁਰ ਕੇ ਵੀ ਸਕੂਲ ਚਲ ਜਾਂਦੇ ਆ। ਸੋ ਉੱਥੇ ਉਹਨਾਂ ਨੂੰ ਵੇਖ ਲਓ ਆਪਦਾ ਜਿਹੜਾ ਸਕੂਲ ਹੈਗਾ ਸੀ ਉਹ ਮਿਲ ਗਿਆ। ਕਿਉਂ ਮਿਲਿਆ? ਜੇਕਰ ਮੰਨ ਲਓ ਉਹਨਾਂ ਦੇ 2-4 ਨੰਬਰਾਂ ਨਾਲ ਵੀ ਫਰਕ ਪੈ ਜਾਂਦਾ, ਉਹਨਾਂ ਦੇ ਨੰਬਰ ਘੱਟ ਆਏ ਹੁੰਦੇ, ਫਿਰ ਉਹਨਾਂ ਨੂੰ ਉਹ ਜਿਹੜਾ ਸਟੇਸ਼ਨ ਹੈਗਾ ਸੀ ਉਹ ਨਹੀਂ ਸੀ ਮਿਲਣਾ। ਸੋ ਇੱਕ ਮੋਟੀਵੇਸ਼ਨ ਤੁਸੀਂ ਇੱਥੋਂ ਲੈ ਲਿਓ ਕਿ ਜਿਹੜੀਆਂ ਫੀਮੇਲਸ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਸਰ ਆਪਾਂ ਜੋਬ ਲੈਣ ਤੋਂ ਬਾਅਦ ਵੀ, ਪਹਿਲਾਂ ਤਾਂ ਚਲੋ ਸਭ ਤੋਂ ਵੱਡਾ ਸੰਘਰਸ਼ ਇਹ ਹੈ ਕਿ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪੈਣੀ ਆ, ਪੀਐਸਟੈਟ ਦੀ ਪ੍ਰੀਖਿਆ, ਮਾਸਟਰ ਕਾਡਰ ਦੀ ਪ੍ਰੀਖਿਆ, ਫਿਰ ਪੰਜਾਬੀ ਦਾ ਕੁਆਲੀਫਾਈਂਗ ਪੇਪਰ, ਇਹ ਸਾਰਾ ਕੁਝ ਕਲੀਅਰ ਕਰਨ ਤੋਂ ਬਾਅਦ ਜਦੋਂ ਤੁਹਾਨੂੰ ਜੋਬ ਮਿਲੂਗੀ ਉਹ ਜੋਬ ਦੂਰ ਨਾ ਮਿਲੇ ਇਸ ਕਰਕੇ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਆਪਦੇ ਸਟੱਡੀ ਦੇ ਵਿੱਚ। ਚਲੋ ਦੂਰ ਨਾ ਸਹੀ, ਇੰਨਾ ਕੁ ਨੇੜੇ ਹੋਵੇ ਕਿ ਤੁਹਾਡੇ ਨਾਲ ਦਾ ਜ਼ਿਲ੍ਹਾ ਹੋਵੇ, ਕਿ ਤੁਸੀਂ ਅਪ ਡਾਊਨ 50 ਕਿਲੋਮੀਟਰ 60 ਕਿਲੋਮੀਟਰ 'ਤੇ ਹੋਵੇ ਤਾਂ ਜੋ ਤੁਸੀਂ ਅਪ ਡਾਊਨ ਵਧੀਆ ਤਰੀਕੇ ਨਾਲ ਕਰ ਸਕੋ। ਸੋ ਇਹ ਗੱਲ ਤੁਸੀਂ ਸਮਝ ਗਏ ਹੋਣੇ ਆ ਕਿ ਲੋਕਲ ਸਟੇਸ਼ਨ ਜਿਹੜਾ ਹੈਗਾ ਹੋਮ ਟਾਊਨ ਦੇ ਵਿੱਚ ਮਿਲੇਗਾ ਜਾਂ ਫਿਰ ਨਹੀਂ ਮਿਲੇਗਾ। ਮੈਰਿਟ ਦੇ ਵਿੱਚ ਚੰਗੇ ਨੰਬਰ ਆਉਂਦੇ ਆ ਅਤੇ ਹੋ ਸਕਦਾ ਤੁਹਾਨੂੰ ਹੋਮ ਟਾਊਨ ਦੇ ਵਿੱਚ ਜਿਹੜਾ ਸਟੇਸ਼ਨ ਹੈਗਾ ਜੀ ਉਹ ਵੀ ਮਿਲ ਜਾਵੇ। ਬਾਰਡਰ ਘਰ ਤੋਂ ਦੂਰ, ਇਹ ਗੱਲ ਸਾਰੀ ਮੈਂ ਤੁਹਾਨੂੰ ਸਮਝਾਤੀ ਹੈ ਕਿ ਜੇਕਰ ਜਿਵੇਂ ਜਿਵੇਂ ਤੁਹਾਡੇ ਮਾਰਕਸ ਜਿਹੜੇ ਹੋਣਗੇ ਜੀ ਘੱਟ ਹੋਣਗੇ ਮੈਰਿਟ ਲਿਸਟ ਦੇ ਵਿੱਚ, ਕੱਟ ਆਫ ਦੇ ਲਿਸਟ ਦੇ ਵਿੱਚ ਤੁਹਾਡੇ ਜਿਹੜੇ ਨੰਬਰ ਹੈਗੇ ਆ ਘੱਟ ਹੈਗੇ ਆ, ਨਾਮ ਤੁਹਾਡਾ ਲਾਸਟ 'ਤੇ ਆ, ਫਿਰ ਉਸ ਅਕੋਰਡਿੰਗ ਤੁਹਾਨੂੰ ਸਕੂਲ ਵਾਲਾ ਜਿਹੜਾ ਸਟੇਸ਼ਨ ਹੈਗਾ ਜੀ ਉਹ ਵੀ ਮਿਲੇਗਾ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕਿ ਕਿੰਨੇ ਟਾਈਮ ਬਾਅਦ ਤੁਸੀਂ ਸਾਰਾ ਪ੍ਰੋਸੈਸ ਕੰਪਲੀਟ ਕਰ ਲਿਆ, ਤੁਹਾਡੀ ਕਹਿ ਲਓ ਕਿ ਤੁਸੀਂ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਆ ਗਏ ਹੋ, ਟੀਚਿੰਗ ਡਿਪਾਰਟਮੈਂਟ ਦੇ ਵਿੱਚ ਆਉਣ ਤੋਂ ਬਾਅਦ ਜੇਕਰ ਤੁਸੀਂ ਆਪਦੇ ਜ਼ਿਲ੍ਹੇ ਵਿੱਚ ਬਦਲੀ ਕਰਾਉਣੀ ਹੋਊਗੀ ਉਹ ਕਿਵੇਂ ਹੋ ਸਕਦੀ ਹੈ? ਸਭ ਤੋਂ ਪਹਿਲਾਂ ਇਹ ਗੱਲ ਡਿਪੈਂਡ ਕਰਦੀ ਹੈ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿੱਥੇ ਤੁਸੀਂ ਬਦਲੀ ਕਰਾਉਣ ਜਾ ਰਹੇ ਹੋ ਉੱਥੇ ਸਟੇਸ਼ਨ ਖਾਲੀ ਹੈ ਕਿ ਨਹੀਂ। ਜੇਕਰ ਖਾਲੀ ਹੈਗਾ ਆ ਐਂਡ 3 ਸਾਲ ਤੁਸੀਂ ਕੰਪਲੀਟ ਕਰ ਚੁੱਕੇ ਹੋ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਆਪਣੇ ਪੰਜਾਬ ਦੇ ਵਿੱਚ ਜਿਹੜਾ ਪਰਖ ਕਾਲ ਹੁੰਦਾ ਆ ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਪ੍ਰੋਬੇਸ਼ਨ ਪੀਰੀਅਡ ਕਹਿੰਦੇ ਹੋ ਉਹ ਕਿੰਨਾ ਹੁੰਦਾ ਆ ਜੀ? 3 ਸਾਲ ਦਾ। ਜਿਵੇਂ ਮੰਨ ਲਓ, ਜਿਵੇਂ ਆਪਾਂ ਮੰਨ ਲੈਂਦੇ ਹਾਂ ਕਿ ਕਿਸੇ ਪਰਸਨ ਦੀ ਜਿਹੜੀ ਨਿਯੁਕਤੀ ਹੈਗੀ ਉਹ 26 ਅਗਸਤ ਨੂੰ ਹੋ ਗਈ, ਜਿਵੇਂ ਕਿ 26 ਅਗਸਤ ਨੂੰ ਜੇ ਕਿਸੇ ਪਰਸਨ ਦੀ ਨਿਯੁਕਤੀ ਹੋਈ ਹੈ 2021 ਦੇ ਵਿੱਚ, ਅਤੇ ਉਹਨਾਂ ਦਾ ਜਿਹੜਾ ਪਰਖ ਕਾਲ ਹੈਗਾ ਜੀ ਕਦੋਂ ਪੂਰਾ ਹੋਊਗਾ? ਉਹ ਹੋਊਗਾ ਜੀ 25 ਅਗਸਤ 25 ਅਗਸਤ 2024 ਦੇ ਵਿੱਚ ਉਹਨਾਂ ਦਾ ਜਿਹੜਾ ਪਰਖ ਕਾਲ ਹੈਗਾ ਜੀ ਉਹ ਪੂਰਾ ਹੋ ਜਾਏਗਾ। ਸੋ ਇਸ ਤੋਂ ਬਾਅਦ ਇਹ ਬਦਲੀ ਕਰਾਉਣ ਦੇ ਲਈ ਲੀਗਲੀ ਐਲੀਜੀਬਲ ਹੋ ਜਾਣਗੇ, ਇਹ ਲਿਖਿਆ ਹੋਇਆ ਉੱਥੇ ਕਿ 3 ਸਾਲ ਤੋਂ ਪਹਿਲਾਂ ਬਦਲੀ ਨਹੀਂ ਹੋਊਗੀ। ਸੋ 3 ਸਾਲ ਬਾਅਦ ਪਰਖ ਕਾਲ ਆਪਦਾ ਪੂਰਾ ਕਰਨ ਤੋਂ ਬਾਅਦ ਜਿਹੜਾ ਇਹ ਪਰਸਨ ਹੈਗਾ ਆ ਜਿਹੜਾ ਕਿ ਅਪੁਆਇੰਟ ਹੋਇਆ ਸੀਗਾ 3 ਸਾਲ ਪਹਿਲਾਂ, ਸੋ ਇਹ ਜਿਹੜੇ ਹੈਗੇ ਆ ਜੀ ਬਦਲੀ ਕਰਾਉਣ ਦੇ ਲਈ ਐਲੀਜੀਬਲ ਹੋ ਜਾਂਦੇ ਆ। ਇੱਕ ਸਪੈਸ਼ਲ ਬਦਲੀਆਂ ਬਾਰੇ ਵੀ ਤੁਸੀਂ ਜ਼ਰੂਰ ਸੁਣਿਆ ਹੋਊਗਾ ਕਿ ਸਰ ਸਪੈਸ਼ਲ ਬਦਲੀ ਕੀ ਹੁੰਦੀ ਆ? ਇੱਕ ਤਾਂ ਵੇਖੋ ਕੁਝ ਕੰਡੀਸ਼ਨਸ ਹੁੰਦੀਆਂ ਨੇ ਜੇ ਕਿਸੇ ਪਰਸਨ ਨੂੰ ਆ ਫਲਾਨੀ ਪ੍ਰੋਬਲਮ ਹੈਗੀ ਆ ਜਾਂ ਫਿਰ ਕੋਈ ਡਿਜ਼ੀਜ਼ ਹੈ, ਕੋਈ ਇਸ ਤਰ੍ਹਾਂ ਦਾ ਡਿਜ਼ੀਜ਼ ਜਿਵੇਂ ਕਿ ਉੱਥੇ ਮਤਲਬ ਕਾਫੀ ਸੀਰੀਅਸ ਜਿਹੀ ਸਿਚੁਏਸ਼ਨ ਹੁੰਦੀ ਆ, ਹੋਰ ਵੀ ਕਾਫੀ ਸਾਰੇ ਕਹਿ ਲਓ ਕਿ ਕੰਡੀਸ਼ਨਾਂ ਹੁੰਦੀਆਂ ਆ, ਜੇਕਰ ਉਹ ਪਰਸਨ ਉਸ ਐਲੀਜੀਬਿਲਟੀ ਕ੍ਰਾਈਟੇਰੀਆ ਨੂੰ ਕੰਪਲੀਟ ਕਰਦਾ ਆ ਉਹਦੀ ਬਦਲੀ ਕੀਤੀ ਜਾ ਸਕਦੀ ਆ। ਇੱਕ ਸਪੈਸ਼ਲ ਮੌਕਾ ਦਿੱਤਾ ਜਾਂਦਾ ਹੁੰਦਾ ਬਦਲੀ ਕਰਾਉਣ ਦੇ ਲਈ, ਸਪੈਸ਼ਲ ਮੌਕੇ ਦੇ ਵਿੱਚ ਜਿਵੇਂ ਕਿ ਇਹ ਆਪਾਂ ਡਿਪੈਂਡੈਂਟ ਹੁੰਦੇ ਆ ਮਿਨਿਸਟਰਸ ਦੇ ਉੱਤੇ, ਜਿਵੇਂ ਕਿ ਮਿਨਿਸਟਰਸ ਨੂੰ ਪਤਾ ਲੱਗ ਗਿਆ ਕਿ ਹਾਂ ਵੀ ਜਿਹੜੇ ਸਟੂਡੈਂਟ ਹੈਗੇ ਆ, ਕੈਂਡੀਡੇਟ ਹੈਗੇ ਆ, ਟੀਚਰ ਹੈਗੇ ਆ, ਵੀ ਇਹ ਮੰਨ ਲਓ ਪ੍ਰੋਟੈਸਟ ਕੀਤਾ ਇਹਨਾਂ ਨੇ ਕਿ ਜਾਂ ਫਿਰ ਰਿਕੁਐਸਟ ਕੀਤੀ ਕਿ ਸਾਨੂੰ ਵੀ ਮੌਕਾ ਦਿੱਤਾ ਜਾਵੇ ਵੀ ਸਾਨੂੰ ਬੜਾ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਨੂੰ, 2 ਸਾਲ ਹੋ ਗਏ ਜਾਂ ਸਾਲ ਹੋ ਗਿਆ, ਅਤੇ ਮਿਨਿਸਟਰ ਕੀ ਕਹਿੰਦੇ ਆ ਚਲੋ ਠੀਕ ਹੈ ਜੀ ਜਿਹੜੇ ਦੂਰ ਦੁਰਾਡੇ ਬੈਠੇ ਹੈਗੇ ਆ ਤੁਹਾਨੂੰ ਅਸੀਂ ਬਦਲੀ ਦਾ ਮੌਕਾ ਦੇ ਦਿੰਦੇ ਹਾਂ। ਮਤਲਬ ਉਹ ਸਪੈਸ਼ਲ ਕੇਸ ਹੁੰਦਾ ਆ, ਸਪੈਸ਼ਲ ਚਾਂਸ ਮਿਲ ਜਾਂਦਾ ਹੁੰਦਾ ਕਿ ਠੀਕ ਹੈ ਜੀ ਚਲੋ ਅਸੀਂ ਤੁਹਾਨੂੰ ਦੇ ਦਿੰਦੇ ਹੁੰਦੇ ਹਾਂ, ਬਟ ਇਹ ਐਜੂਕੇਸ਼ਨ ਡਿਪਾਰਟਮੈਂਟ ਨੇ ਦੇਣੇ ਹੁੰਦੇ ਆ, ਬਟ ਇਹ ਮਿਨਿਸਟਰ ਦੇ ਆਰਡਰ ਦੇ ਅਕੋਰਡਿੰਗ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਜੀ ਇਹ ਸਾਨੂੰ ਵੇਖਣ ਨੂੰ ਮਿਲਦੀਆਂ ਨੇ। ਜਿਵੇਂ ਪਿਛਲੇ ਟਾਈਮ ਦੇ ਵਿੱਚ ਜਿਵੇਂ ਕਿ 37 ਭਰਤੀ ਆਈ, 93 ਭਰਤੀ ਆਈ, ਇਹਦੇ ਵਿੱਚ ਕਾਫੀ ਸਾਰੇ ਸਾਥੀਆਂ ਨੇ ਪਰਖ ਕਾਲ ਪੂਰਾ ਹੋਣ ਤੋਂ ਪਹਿਲਾਂ ਵੀ ਬਦਲੀਆਂ ਕਰਵਾ ਲਈਆਂ, ਠੀਕ ਹੈ ਜੀ। ਮਤਲਬ ਕਿ ਇਹ ਕਿ ਜੇਕਰ ਮਿਨਿਸਟਰ ਚਾਹੁਣ ਤਾਂ ਤੁਹਾਨੂੰ ਪਹਿਲਾਂ ਵੀ ਮੌਕਾ ਮਿਲ ਸਕਦਾ ਆ। ਸੋ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ, ਸਪੈਸ਼ਲ ਬਦਲੀ ਬਾਰੇ ਮੈਂ ਤੁਹਾਨੂੰ ਸਮਝਾਤਾ ਆ ਕਿ ਸਪੈਸ਼ਲ ਬਦਲੀ ਕਿਹੜੀ ਹੁੰਦੀ ਆ, ਪਰ ਬਦਲੀ ਤੁਸੀਂ ਪਰਖ ਕਾਲ ਤੋਂ ਬਾਅਦ ਅਪਲਾਈ ਕਰ ਸਕਦੇ ਹੁੰਦੇ ਹੋ। ਐਂਡ ਇਸ ਤੋਂ ਇਲਾਵਾ ETT ਟੀਚਰ, ਮਾਸਟਰ ਕਾਡਰ ਟੀਚਰ, ਲੈਕਚਰਾਰ ਟੀਚਰ, ਇਹਨਾਂ ਨੂੰ ਜਿਹੜੇ ਹੋਮ ਟਾਊਨ ਦੇ ਵਿੱਚ ਸਟੇਸ਼ਨ ਮਿਲਦੇ ਆ ਜਾਂ ਫਿਰ ਦੂਰ ਸਟੇਸ਼ਨ ਮਿਲਦੇ ਆ, ਇਹਦੇ ਬਾਰੇ ਵੀ ਆਪਾਂ ਸਾਰੀ ਗੱਲ ਸਮਝ ਚੁੱਕੇ ਹਾਂ। ਬਾਕੀ ਜਿਨ੍ਹਾਂ ਸਾਥੀਆਂ ਨੂੰ ਵੀਡੀਓ ਹੈਲਪਫੁਲ ਲੱਗੀ ਹੋਊਗੀ ਉਹ ਜ਼ਰੂਰ ਲਾਈਕ ਕਰ ਦਿਓ। ਅਗਲੀ ਜਿਹੜੀ ਮੈਂ ਵੀਡੀਓ ਬਣਾਊਂਗਾ ਉਹਦੇ ਵਿੱਚ ਮੈਂ ਤੁਹਾਨੂੰ ਇਹ ਸਮਝਾਊਂਗਾ
ਕਿ ਕਿਹੜੇ ਕਿਹੜੇ ਡਾਕੂਮੈਂਟ ਦੀ ਜਿਹੜੀ ਲਿਸਟ ਹੈਗੀ ਆ ਜੀ ਉਹ ਜ਼ਰੂਰੀ ਹੁੰਦੀ ਆ ਜਦੋਂ ਤੁਸੀਂ ਸਕਰੂਟਨੀ 'ਤੇ ਜਾਣਾ ਹੁੰਦਾ ਆ ਜਾਂ ਫਿਰ ਕਹਿ ਲਓ ਕਿ ਜਦੋਂ ਤੁਸੀਂ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹੋ ETT ਟੀਚਰ ਮਾਸਟਰ ਕਾਡਰ ਜਾਂ ਫਿਰ ਲੈਕਚਰ ਦੀ ਤਾਂ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਪਹਿਲਾਂ ਤੋਂ ਹੀ ਬਣਾ ਕੇ ਰੱਖਣੇ ਚਾਹੀਦੇ ਹੈਗੇ ਆ ਜੀ ਇਹਦੇ ਬਾਰੇ ਵੀ ਮੈਂ ਇੱਕ ਸਪੈਸਿਫਿਕ ਵੀਡੀਓ ਅੱਜ ਕੱਲ੍ਹ ਦੇ ਵਿੱਚ ਲੈ ਆਊਂਗਾ ਸੋ ਤੁਹਾਡੀ ਜਿਹੜੀ ਕਲੈਰਟੀ ਹੈਗੀ ਆ ਅੰਡਰਸਟੈਂਡਿੰਗ ਹੈਗੀ ਆ ਜੋਬ ਨੂੰ ਲੈ ਕੇ ਉਹ ਕਲੀਅਰ ਹੋਵੇਗੀ ਬਾਕੀ ਜਿਹੜੇ ਸਾਥੀ ਆਪਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਆ ਵਧੀਆ ਤਰੀਕੇ ਨਾਲ ਤਿਆਰੀ ਕਰੋ ਬਾਕੀ ਮੈਂ ਤੁਹਾਨੂੰ ਦੱਸਿਆ ਆ ਹੋਮ ਟਾਊਨ ਦੇ ਵਿੱਚ ਸਟੇਸ਼ਨ ਲੈਣ ਦੇ ਲਈ ਤੁਹਾਨੂੰ ਜ਼ਿਆਦਾ ਜਿਹੜੀ ਮਿਹਨਤ ਹੈਗੀ ਆ ਜੀ ਉਹ ਕਰਨੀ ਪੈਣੀ ਆ ਸੋ ਦੋਸਤੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਗੋਡ ਬਲੈਸ ਯੂ ਆਲ